ਕੰਮ ਤਾਂ ਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ, ਦੂਜਾ ਨੌਕਰੀਆਂ ਜੀ ਭਗਵੰਤ ਮਾਨ ਫਰਸ਼ ਤੋਂ ਬਿਨਾਂ ਪੈਸਾ ਤੋਂ ਪਹਿਲਾਂ ਨੌਕਰੀ ਮਿਲ ਰਹੀ ਹੈ, ਪਹਿਲਾਂ ਤਾਂ ਪੈਸੇ ਮੰਗੇ ਜਾਂਦੇ ਸੀਗੇ। ਜਗਾਰ ਵੀ ਚਾਹੀਦਾ ਸਰ, ਇੱਕਣਾ 35 ਲੱਖ ਦੇ ਦਿਓ, ਸਾਰੇ ਪਾਣੀ ਘਣੀ ਆਮ ਕਰਤੀ, ਬਿਜਲੀ ਆਮ ਕਰਤੀ, ਸਾਲਾਂ ਦੀ ਕਾਰਜਕਾਰੀ ਹੈ ਮੁੱਖ ਮੰਤਰੀ ਸਾਹਿਬ ਦੀ ਭਗਵੰਤ ਮਾਨ ਦੀ, ਮਾਹੌਲ ਵਧਦਾ ਆਮ ਆਦਮੀ ਪਾਰਟੀ ਵਧੀਆ ਦੇ ਦੇਣਗੇ ਜੀ, ਕੋਈ ਗੱਲ ਨਹੀਂ, ਹੋਰ ਤਾਂ ਵਾਅਦੇ ਪੂਰੇ ਕੀਤੇ ਹੈ ਨਾ। ਚਲ 70 ਸਾਲਾਂ ਤੋਂ ਜਿਹੜੇ ਪਹਿਲਾਂ ਗੱਪ ਮਾਰਦੇ ਸੀ, ਹੁਣ ਵੀ ਗੱਪ ਮਾਰੀ ਜਾਂਦੇ, ਜਗਵੀਰ ਸਿੰਘ ਖੁੱਡੀਆ ਨੂੰ ਜਾਣਦੇ ਆ, ਬਹੁਤ ਪਿਛੋਕੜ ਉਹਨਾਂ ਦਾ ਚੰਗਾ, ਸਾਡੇ ਨਾਲ ਆਮਦੇ ਲੱਗਦੇ ਜੀ, ਆਮਦੇ ਲੱਗਦੇ ਆਮ ਆਦਮੀ ਪਾਰਟੀ। ਲੋਕ ਸਭਾ ਚੋਣਾਂ ਨੇ ਲੋਕਾਂ ਦੀ ਰਾਏ ਜਾਣਨ ਦੇ ਲਈ ਮਾਨਸਾ ਦੇ ਪਿੰਡ ਭੰਮੇ ਖੁਰਦ ਪਹੁੰਚੇ ਹਾਂ। ਬਜ਼ੁਰਗ ਸੱਥ ਦੇ ਵਿੱਚ ਬੈਠੇ ਸੀ ਅਤੇ ਕਹਿੰਦੇ ਅਸੀਂ ਗੱਲ ਇਕੱਲੀ ਇਕੱਲੀ ਦੱਸਾਂਗੇ ਵੀ ਕਿਹੜੇ ਮੁੱਦਿਆਂ 'ਤੇ ਸਾਨੂੰ ਚੋਣ ਐਤਕੀ ਚਾਹੀਦੀ ਹੈ ਅਤੇ ਕਿਹੜੇ ਉਮੀਦਵਾਰ ਸਾਨੂੰ ਵਧੀਆ ਲੱਗਦੇ ਆ, ਸਾਰੀ ਗੱਲਬਾਤ ਕਰਦੇ ਹਾਂ। ਬਜ਼ੁਰਗ ਸਾਡੇ ਨਾਲ ਨੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਜੀ ਕੀ ਨਾਮ ਹੈ? ਭੋਲਾ ਸਿੰਘ ਜੀ। ਭੋਲਾ ਜੀ, ਕੀ ਲੱਗਦਾ ਫਿਰ ਇਸ ਵਾਰ ਕਿਹੜੀ ਪਾਰਟੀ ਨੇ ਕੰਮ ਕੀਤਾ? ਕੰਮ ਤਾਂ ਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ, 2 ਸਾਲਾਂ ਦੀ ਕਾਰਜਕਾਰੀ ਜਿਹੜੀ ਉਹਨਾਂ ਦੀ, ਅਸੀਂ ਉਹ ਤੋਂ ਬਹੁਤ ਖੁਸ਼ ਹੈ। ਅੱਛਾ। ਕਿਉਂਕਿ ਜਿਹੜਾ ਇੱਕ ਤਾਂ ਸਾਨੂੰ ਨਹਿਰਾਂ ਤੇ ਟੇਲਾਂ ਤੇ ਜਿਹੜਾ ਪਾਣੀ ਹੈ ਉਹ ਪਾਣੀ ਫੁੱਲ ਮਿਲ ਰਿਹਾ। ਅੱਛਾ। ਦੂਜਾ ਬਿਜਲੀ ਦਾ ਬਿੱਲ ਨੇ ਜੇ, ਲਾਈਟ ਦੇ ਜਿਹੜੇ ਉਹ ਫ੍ਰੀ ਨੇ, ਕੋਈ ਬਿੱਲ ਨਹੀਂ ਆਉਂਦਾ ਗਰਮੀ 'ਚ ਵੀ। ਅੱਛਾ। ਅਤੇ ਦੂਜਾ ਨੌਕਰੀਆਂ ਜੀ, ਜਿਹੜਾ ਕੋਈ ਗਰੀਬ ਬੱਚਾ ਪੜ੍ਹਾਈ ਕਰਕੇ ਜਾਂਦਾ ਆਪਦੇ ਨੰਬਰ ਲੈਂਦਾ, ਉਹਨੂੰ ਬਿਨਾਂ ਸਿਫਾਰਿਸ਼ ਤੋਂ ਬਿਨਾਂ ਪੈਸਾ ਤੋਂ ਨੌਕਰੀ ਮਿਲ ਰਹੀ ਹੈ ਜੀ। ਪਹਿਲਾਂ ਤਾਂ ਪੈਸੇ ਮੰਗੇ ਜਾਂਦੇ ਸੀਗੇ ਜੀ। ਅੱਛਾ। ਪਟਵਾਰੀ ਲੱਗਣਾ, ਅਕਾਲੀ ਦਲ ਵੱਧ ਕਰਦਾ ਸੀਗਾ ਜੀ। ਅੱਛਾ। ਪਟਵਾਰੀ ਲੱਗਣਾ 35 ਲੱਖ ਦੇ ਦਿਓ, ਛਪਾਹੀ ਲੱਗਣਾ, ਇੰਸਪੈਕਟਰ ਲੱਗਣਾ, ਇੰਨੇ ਨੇ ਗਿਣ ਦਿਓ। ਸਿੱਧੇ ਟੈਚੀ ਲੈਂਦੀ ਸੀ ਬੀਬਾ ਵੀ ਅੰਦਰ ਧਰਿਆ ਉਹ। ਅੱਛਾ। ਵੱਡੇ ਜਿਹੜੀ ਸੁਰਿੰਦਰ ਕੌਰ ਬਾਦਲ ਸੀ, ਇਹ ਤਾਂ ਸੁਣਦੇ ਸੀ ਵੀ ਆਹ ਹਾਲ। ਅੱਛਾ, ਮੈਨੂੰ ਐਂ ਦੱਸੋ ਵੀ ਹੁਣ ਜੇ ਹੁਣ ਦੇ ਮਾਹੌਲ ਦੀ ਗੱਲ ਕੀਤੀ ਜਾਵੇ ਤਾਂ ਹੁਣ ਲੱਗਦਾ ਵੀ ਉਹ ਰਾਸ ਆਇਆ ਜਿਹੜਾ ਲੋਕਾਂ ਨੇ ਬਦਲਾਅ ਸੋਚਿਆ ਸੀ? ਹਾਂ, ਬਹੁਤ ਰਾਸ ਆਇਆ ਜੀ। ਅੱਛਾ। 2 ਸਾਲਾਂ ਦੀ ਕਾਰਜਕਾਰੀ ਹੈ ਮੁੱਖ ਮੰਤਰੀ ਸਾਹਿਬ ਦੀ ਭਗਵੰਤ ਮਾਨ ਦੀ। ਇੱਕ ਪਾਸੇ 1000 ਰੁਪਇਆ ਦਿੱਤਾ ਨਹੀਂ ਬੁੜੀਆਂ ਨੂੰ, 1000 ਰੁਪਇਆ ਦੇ ਦੇਣਗੇ ਜੀ, ਕੋਈ ਗੱਲ ਨਹੀਂ। ਅੱਛਾ। ਹੋਰ ਤਾਂ ਵਾਅਦੇ ਪੂਰੇ ਕੀਤੇ ਹੈ ਨਾ ਚੋਣਾਂ ਤੋਂ ਬਾਅਦ? 1000 ਰੁਪਇਆ ਜਾਣਦੇ ਹੋ ਤੁਸੀਂ? ਹਾਂ, ਜਗਦੇਵ ਆਪਣਾ ਗੁਰਵੀਰ ਸਿੰਘ ਖੁੱਡੀਆ ਨੂੰ ਜਾਣਦੇ ਆ ਜੀ, ਬਹੁਤ ਪਿਛੋਕੜ ਉਹਨਾਂ ਦਾ ਚੰਗਾ। ਉਹਨਾਂ ਦੇ ਫਾਦਰ ਸਾਹਿਬ ਸੀਗੇ ਜਿਹੜੇ ਜਗਦੇਵ ਸਿੰਘ ਖੁੱਡੀਆ, ਉਹਨਾਂ ਦਾ ਕਿਰਦਾਰ ਬਹੁਤ ਚੰਗਾ ਸੀ, ਬਹੁਤ ਨੇਕ ਇਨਸਾਨ ਸੀ, ਇਹ ਵੀ ਇੱਕ ਇਮਾਨਦਾਰ ਨੇ ਜੀ ਗੁਰਵੀਰ ਸਿੰਘ ਖੁੱਡੀਆ, ਅਤੇ ਜਿਨ੍ਹਾਂ ਨੇ ਪਿਛਲੇ 2022 'ਚ ਬਾਦਲ ਸਾਹਿਬ ਨੂੰ ਹਰਾਇਆ ਅਤੇ ਉਹ ਐਤਕੀ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਨੇ। ਬਹੁਤ ਵਧੀਆ ਕਿਰਦਾਰ ਆ ਉਹਨਾਂ ਦਾ, ਬਹੁਤ ਵਧੀਆ ਢੰਗ। ਬਾਬਾ ਜੀ ਕੀ ਲੱਗਦਾ ਫਿਰ? ਵਧੀਆ ਲੱਗਦਾ ਜੀ। ਕਿਹੜੀ ਪਾਰਟੀ ਦਾ ਕੰਮ ਵਧੀਆ ਲੱਗਿਆ? ਵਧੀਆ ਇਹ ਆਮ ਦਾ। ਆਮ ਦਾ ਕਿਉਂ? ਬਹੁਤ ਵਧੀਆ। ਕੀ ਕੰਮ ਕਰਤਾ? ਸਾਰੇ ਪਾਣੀ ਧਣੀ ਆਮ ਕਰਤੇ, ਬਿਜਲੀ ਆਮ ਕਰਤੀ। ਸੁਖਬੀਰ ਬਾਦਲ ਕਹਿੰਦਾ ਲੁੱਟਿਆ ਭਗਵੰਤ ਮਾਨ ਨੇ ਪੰਜਾਬ, ਉਹ ਤਾਂ ਉਹ ਕਹੀ ਜਾਂਦੇ, ਕਈ ਬਾਜੀ ਕਹੀ ਜਾਂਦੇ ਲੁੱਟਿਆ, ਲੁੱਟ ਕਾ ਦੇਣ ਲਏ ਨੇ। ਅੱਛਾ। ਪਾਣੀ ਭੈਣ ਆਮ ਕਰਤਾ ਸਾਡੇ, ਕਿੰਨਾ ਕਹਿੰਦੇ। ਅੱਛਾ, ਕਿਹਨੇ ਲੁੱਟਿਆ ਪੰਜਾਬ ਜੀ? ਪੰਜਾਬ ਤਾਂ ਦੋਏ ਤੇ ਲੁੱਟ ਗਈਆਂ। ਅੱਛਾ। ਵਿੱਚੇ ਕਾਂਗਰਸ ਲੁੱਟ ਗਈ, ਵਿੱਚੇ ਅਕਾਲੀ। ਅੱਛਾ, ਕੀ ਲੱਗਦਾ ਫਿਰ? ਮੈਂ ਤਾਂ ਕਿਤੇ ਬੋਲਿਆ ਜੀ। ਨਾਮ ਕੀ ਹੈ? ਮਹਿੰਦਰ ਸਿੰਘ ਜੀ। ਮਹਿੰਦਰ ਜੀ, ਕਿਹਦਾ ਕੰਮ ਵਧੀਆ ਲੱਗਿਆ ਹੁਣ ਤੱਕ? ਹੁਣ ਤੱਕ ਭਗਵੰਤ ਮਾਨ ਦਾ ਹੀ ਲੱਗਿਆ ਜੀ। ਭਗਵੰਤ ਮਾਨ ਦਾ? ਹਾਂਜੀ। ਕਿਉਂ, ਕੀ ਕਰਤਾ ਇਹਨੇ? ਇਹਦਾ ਜੇ ਘਰੇ ਆਉਣਾ, ਸਾਡੇ ਘਰੇ ਬੈਠਾ ਹੁੰਦਾ ਭਗਵੰਤ ਮਾਨ ਜੀ, ਖੇਤ ਇਹਨੇ ਮੋਟਰ 'ਤੇ ਬੈਠਾ ਹੁੰਦਾ ਜੀ। ਅੱਛਾ। ਹਾਂਜੀ, ਭਗਵੰਤ ਮਾਨ ਹੀ ਦਿਖਦਾ ਜੀ। ਅੱਛਾ ਜੀ। ਹਾਂਜੀ ਬਾਈ, ਕਹਿੰਦਾ ਭਗਵੰਤ ਮਾਨ ਹੀ ਦਿਖਦਾ ਸਾਨੂੰ ਤਾਂ ਸਾਰੇ ਪਾਸੇ। ਕੀ ਨਾਮ ਹੈ ਜੀ? ਕਾਲਾ ਸਿੰਘ ਜੀ। ਕੀ ਲੱਗਦਾ ਫਿਰ ਮਾਹੌਲ? ਵਧੀਆ ਜੀ। ਕਿਹਦਾ ਮਾਹੌਲ ਵੱਧਦਾ? ਆਮ ਆਦਮੀ ਪਾਰਟੀ। ਕੀ ਕਰਤਾ ਇਹ ਜਾਂ ਉਹਨਾਂ ਨੇ? ਸਾਰੇ ਕੰਮ ਕੀਤੇ ਜਿਹੜੇ ਕਹੇ ਜੀ। ਅਕਾਲੀ ਦਲ ਨੇ ਨਹੀਂ ਕੀਤੇ? ਅਕਾਲੀ ਦਲ 70 ਸਾਲਾਂ ਤੋਂ ਜਿਹੜੇ ਪਹਿਲਾਂ ਗੱਪ ਮਾਰਦੇ ਸੀ, ਹੁਣ ਵੀ ਗੱਪ ਮਾਰੀ ਜਾਂਦੇ ਜੀ। ਅੱਛਾ। ਹਾਂਜੀ। ਉਹ ਤਾਂ ਕਹਿੰਦੇ ਪੰਜਾਬ ਬਚਾਉਣਾ ਸੀ, ਪੰਜਾਬ ਬਚਾਓ ਯਾਤਰਾ ਕਰਦੇ। ਉਹਨਾਂ ਨੂੰ ਹੁਣ ਆਪਦੇ ਘਰਾਂ ਦੀ ਸੋਚ ਹੋਈ ਹੋਈ ਜੀ। ਹਾਂ, ਆਪਦੇ ਘਰ ਬਚਾਉਣ 'ਤੇ ਲੱਗੇ ਹੋਏ ਜੀ। ਅੱਛਾ, ਘਰ ਬਚਾ ਰਹੇ ਆ? 5 ਸਾਲ ਆਏ ਬੀਬਾ ਕਦੇ ਇੱਥੇ ਮਾੜੇ? ਨਹੀਂ ਆਏ ਜੀ, ਇੱਕ ਵਾਰੀ ਆਉਂਦੇ ਜੀ। ਇੱਕ ਵਾਰੀ? ਕਦੋਂ? ਵੋਟਾਂ ਮੰਗਣ। ਵੋਟਾਂ ਮੰਗਣ? ਹੁਣ ਲੋਕ ਸਿਆਣੇ ਹੋਏ ਆ ਪਹਿਲਾਂ ਨਾਲੋਂ? ਬਹੁਤ ਜੀ। ਕਿੰਨੇ ਸਿਆਣੇ ਹੋ ਗਏ? ਬਹੁਤ ਜ਼ਿਆਦਾ ਸਿਆਣੇ ਜੀ। ਅੱਛਾ। ਹਾਂਜੀ। ਐਤਕੀ ਫਿਰ ਕੰਮਾਂ ਨੂੰ ਪਊਗੀ ਵੋਟ? ਕੰਮਾਂ ਨੂੰ ਵੋਟ ਪਊ ਜੀ। ਹੈ, ਗੱਲਾਂ ਤਾਂ ਨੀ ਲਾ ਰਹੇ? ਨਹੀਂ ਪੈਂਦੀ ਜੀ। ਬਾਈ ਜੀ ਕੀ ਨਾਮ ਹੈ? ਸੁਖਦੇਵ ਸਿੰਘ। ਕੀ ਮਾਹੌਲ ਹੈ ਫਿਰ? ਵੀ ਆਪਾਂ ਮਾਹੌਲ ਦੀ ਗੱਲ ਕਰੀਏ, ਪਿੰਡ 'ਚ ਕਿਹੜੀ ਪਾਰਟੀ ਦਾ ਸਭ ਤੋਂ ਵੱਧ ਮਾਹੌਲ ਹੈ? ਪਤਾ ਕਹਿੰਦਾ ਤਾਂ ਆਮਦਾ ਹੀ ਲੱਗਦਾ ਜੀ। ਹੈ ਜੀ? ਆਮਦਾ ਹੀ ਲੱਗਦਾ ਜੀ। ਆਮ ਆਦਮੀ ਪਾਰਟੀ ਦਾ?
ਅੱਛਾ ਕੀ ਕਰਤਾ ਹੈ ਜਾਂ ਕੀ ਘੋਲ ਕੇ ਪਿਆ ਤਾ ਸਾਨੂੰ? ਦੇਖੋ ਜੀ ਉਹ ਦੱਸਦਾ ਸਾਰੇ ਨੇ, ਹੁਣ ਮੈਂ ਕੀ ਦੱਸਣਾ ਤੁਹਾਨੂੰ, ਮੈਂ ਕੀ ਦੱਸਣਾ, ਉਹਨੇ ਦੱਸਤਾ ਵੱਡਿਆਂ ਨੇ ਕੰਮ ਕਰਤਾ, ਮਿਲਿਆ ਵੀ ਕੁਛ ਕੁ ਗੱਲਾਂ ਹੀ ਨੇ ਹੈ। ਦੇਖੋ ਦੱਸਿਆ ਜੀ ਉਹਨਾਂ ਨੇ, ਹੁਣ ਮੈਂ ਕੀ ਦੱਸਾਂ ਤੁਹਾਨੂੰ? ਉਹ ਵੱਡਿਆਂ ਨੇ ਦੱਸਤਾ ਤੁਹਾਨੂੰ ਸਾਰਾ, ਤਾਂ ਮਿਲ ਗਈਆਂ। ਹਾਂ ਅੱਛਾ ਬਾਈ ਜੀ, ਕੀ ਨਾਮ ਹੈ? ਬਲਵਿੰਦਰ ਸਰ। ਮਿਲੀਆਂ ਸਹੂਲਤਾਂ ਹੈ ਗੱਪ ਨੇ? ਠੀਕ ਹੈ ਜੀ ਬਸ। ਦੂਜਾ ਕਹਿੰਦੇ ਚੁਟਕਲੇ ਮਾਰਦਾ ਗੱਪ ਨੇ? ਬਸ ਠੀਕ ਹੈ, ਠੀਕ ਹੈ ਜੀ ਬਾਈ। ਮਿਲ ਰਿਹਾ ਕੰਮ ਕੁਛ ਸਹੂਲਤਾਂ? ਹਾਂਜੀ ਬਾਈ ਜੀ, ਮਿਲਦੀਆਂ ਸਹੂਲਤਾਂ? ਹਾਂਜੀ ਵਧੀਆ ਮਿਲਦੀਆਂ। ਅਕਾਲੀ ਦਲ ਵੇਲੇ ਨਹੀਂ ਸੀ ਇਹ? ਨਾ ਜੀ। ਕਿਉਂ? ਉਦੋਂ ਜੀ ਉੱਥੋਂ ਜੀ ਬੋਲਦੇ। ਬਾਈ ਜੀ ਕੀ ਨਾਮ ਹੈ? ਮਿਰਜੰਟ ਸਰ। ਕੀ ਮਾਹੌਲ ਹੈ ਫਿਰ ਪਿੰਡ ਦਾ? ਕੋਈ ਪਤਾ ਨਹੀਂ ਲੱਗਦਾ ਜੀ। ਹੈਂ? ਕੋਈ ਪਤਾ ਨਹੀਂ। ਕੋਈ ਪਤਾ ਨਹੀਂ ਹਜੇ? ਨਹੀਂ ਪਤਾ। ਅੱਛਾ ਵੋਟਾਂ ਵਾਲੀ ਪਤਾ ਲੱਗੂ? ਹਾਂ। ਤੇ ਕਿਹਦਾ ਕੰਮ ਵਧੀਆ ਲੱਗਿਆ ਹੁਣ ਤੱਕ? ਕਿਸੇ ਦਾ ਵੀ ਨਹੀਂ ਲੱਗਿਆ, ਮੇਰੇ ਤਾਂ 70 ਪੈਂਦੇ ਨੇ ਜੀ। ਕਿਉਂ? ਪਤਾ ਨਹੀਂ ਜੀ। ਕੀ ਕਰਤਾ ਇਹ ਜਾ? ਹੈਂ? ਕੀ ਕਰਤਾ? ਆਪਣੇ ਕਾਂਗਰਸ ਵਾਲੇ ਸੀ, ਇਹਨਾਂ ਨੇ ਕਟਵਾਤੇ। ਪਹਿਲਾਂ ਅਕਾਲੀ ਸੀ, ਉਹਨਾਂ ਨੇ ਕਟਵਾਤੇ। ਤੇ ਹੁਣ? ਹੁਣ ਕੋਈ ਕਹਾਂ ਚੱਲੇ ਤਾਂ ਪਤਾ ਲੱਗਣਾ ਹੁਣ ਤਾਂ ਬਾਈ। 2.5 ਸਾਲ ਹੋ ਗਏ? ਹਾਂਜੀ ਹੋ ਗਏ। ਕੰਮ ਵਧੀਆ ਲੱਗਦਾ? ਕੋਈ ਪਤਾ ਨਹੀਂ ਲੱਗਦਾ ਜੀ। ਪਤਾ ਹੀ ਨਹੀਂ ਲੱਗਦਾ ਕੰਮ? ਨਹੀਂ ਪਤਾ। ਅੱਛਾ ਬਾਈ ਜੀ, ਜੇ ਆਪਾਂ ਗੱਲ ਕਰੀਏ ਵੀ ਮੁਫਤ ਚਾਹੀਦਾ ਕਿ ਰੁਜ਼ਗਾਰ? ਰੁਜ਼ਗਾਰ ਵੀ ਚਾਹੀਦਾ ਸਰ। ਅੱਛਾ ਰੁਜ਼ਗਾਰ। ਹਾਂਜੀ। ਮਿਲਦੀਆਂ ਸਹੂਲਤਾਂ ਪਿੰਡਾਂ 'ਚ? ਜੀ ਮਿਲਦੀਆਂ ਸਹੂਲਤਾਂ, ਮਿਲਦੀਆਂ, ਵਾਧੂ ਮਿਲਦੀਆਂ ਨੇ ਜੀ। ਅੱਛਾ। ਹਾਂ ਕੰਮ ਹੋਏ ਆ ਪਿੰਡਾਂ 'ਚ? ਹਾਂਜੀ ਹੈ, ਹੋਏ ਆ ਜੀ। ਅੱਛਾ ਜੇ ਆਪਾਂ ਗੱਲ ਕਰਦੇ ਹਾਂ ਪੰਜਾਬ ਨੂੰ ਲੁੱਟਣ ਦੀ ਅਤੇ ਵਸਾਉਣ ਦੀ, ਕਿਹਨੇ ਲੁੱਟਿਆ ਅਤੇ ਕਿਹਨੇ ਵਸਾਇਆ? ਲੁੱਟਿਆ ਤਾਂ ਜ਼ਿਆਦਾਤਰ ਅਕਾਲੀ ਦਲ ਅਤੇ ਕਾਂਗਰਸ ਨੇ ਜੀ। ਅੱਛਾ। ਜਿਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੀਗੇ, ਉਹ ਤਾਂ ਮਿਲੀ ਨਹੀਂ ਕਿਸੇ ਨੂੰ। ਅੱਛਾ। ਮਿਲੇ 5 ਸਾਲ ਮਹਿਲਾ 'ਚ ਬੈਠੇ ਰਹੇ ਆ, ਇੱਕ ਦੋ ਬੰਦਿਆਂ ਨੇ ਰਾਜ ਕੀਤਾ ਉਹਦੇ ਘਰੇ। ਅੱਛਾ। ਉਹ ਤਾਂ MLA ਮੰਤਰੀਆਂ ਨੂੰ ਵੀ ਨਹੀਂ ਮਿਲੇ। ਅੱਛਾ। ਮਾਹੌਲ ਓਕੇ ਆ ਜਮਾ ਪਿੰਡ ਦਾ? ਓਕੇ ਜੀ ਓਕੇ। ਕਿੰਨੀ ਕੁ ਵੋਟ ਹੈ? ਵੋਟ 12-1250 ਦੇ ਕਰੀਬ ਹੈ ਜੀ। ਪਿੰਡ ਦਾ ਸਾਰੇ ਦਾ ਇਹੀ ਮਾਹੌਲ ਹੈ? ਨਹੀਂ ਸਾਰੇ ਦਾ ਤਾਂ ਨਹੀਂ ਕਹਿ ਸਕਦੇ ਜੀ, ਚਲੋ ਤਾਂ ਹੁੰਦੀ ਹੈ ਚਲੋ, ਪਰ ਇੱਥੋਂ ਤੱਕ ਅੱਜ ਮੈਂ ਥੋੜ੍ਹਾ ਜਿਹਾ ਸੁਣਿਆ ਕਿ ਬੀਬਾ ਬਾਦਲ ਦਾ ਤਾਂ ਕੋਈ ਭਾਈ ਸਾਹਿਬ ਸਾਡੇ ਅੱਜ ਪਿੰਡ ਪਟਿਆਲੇ ਤੋਂ ਆਇਆ, ਉੱਥੋਂ ਤੱਕ ਦੇ ਸਹਾਰਾ ਲੈ ਕੇ ਪਟਿਆਲੇ ਤੋਂ ਚੱਲ ਕੇ ਕੋਈ ਭਾਈ ਸਾਹਿਬ ਇੱਥੇ ਵੋਟਾਂ ਮੰਗਣ ਆਏ ਆ ਵੀ ਬੀਬਾ ਬਾਦਲ ਨੂੰ ਵੋਟ ਪਾਓ। ਅੱਛਾ। ਜੇ ਇੰਨੀ ਕੋਈ ਡਰ ਹੈ ਉਹਨਾਂ ਨੂੰ, ਫਿਰ ਇੱਥੇ ਭੰਮੇ ਖੁਰਦ ਦੇ ਵਿੱਚ ਤਾਂ ਅਸੀਂ ਆਪ 'ਚ ਭਾਈਚਾਰਾ ਸਾਡਾ ਦੁੱਖ ਸੁੱਖ ਦੇ ਸੀਰੀ ਹੈ, ਉਹ ਪਟਿਆਲੇ ਵਾਲਾ ਤਾਂ ਅੱਜ ਮੇਰਾ ਵੀਰ ਗੇੜਾ ਦੇ ਕੇ ਵਗ ਜੂਗਾ, ਮੁੜ ਕੇ ਸਾਡੇ ਦੁੱਖ ਸੁੱਖ ਦੇ ਵਿੱਚ ਤਾਂ ਖੜਨਾ ਨਹੀਂ, ਸਾਡਾ ਆਪ ਸਾਹਿਬ ਭਾਈਚਾਰਾ ਖੜਾਂਗੇ ਤਾਂ ਅਸੀਂ ਆਪ 'ਚ ਹੀ। ਕਿਉਂ ਇੰਨਾ ਡਰੇ ਫਿਰਦੇ ਆ ਉਹ ਵੀ ਅੱਜ ਪਟਿਆਲੇ ਤੋਂ ਆ ਰਿਹਾ, ਅੱਜ ਫਲਾਨੇ ਥਾਂ ਤੋਂ ਆ ਰਿਹਾ, ਅੱਜ ਝੌਂਕੇ ਤੋਂ ਆ ਰਿਹਾ? ਵੋਟਾਂ ਤਾਂ ਲੋਕਾਂ ਨੇ ਪਾਉਣੀਆਂ ਜੀ, 1250 ਵੋਟ ਹੈ, 1100 ਪੋਲ ਹੋ ਜਾਣੀ ਹੈ, ਬਾਕੀ ਗਿਣਤੀ ਵਾਲੇ ਦਿਨ ਪਤਾ ਲੱਗ ਜੂ ਤੁਹਾਨੂੰ ਆਪ ਹੀ। ਤਾਂ ਬਿਲਕੁਲ ਪਿੰਡ ਭੰਮੇ ਖੁਰਦ ਖੜੇ ਹਾਂ, ਲੋਕਾਂ ਨੇ ਆਪਣੀ ਰਾਏ ਕੀਤੀ ਆ ਸਾਂਝੀ, ਤੁਸੀਂ ਰਾਏ ਕਰਿਓ, ਆਪਣੀ ਕਮੈਂਟ ਆ ਸਾਂਝੀ। ਮਿਲਦੇ ਇੱਕ ਨਵੀਂ ਸਾਥ ਨਵੀਂ ਵੀਡੀਓ ਦੇ ਨਾਲ, ਧੰਨਵਾਦ।